ਸੋਸ਼ਲ ਮੀਡੀਆ 'ਤੇ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਹੈ। ਉਸੇ ਦੇ ਪੱਖ ਦੇ ਵਿੱਚ ਇੱਕ ਮੁੱਖ ਮੰਤਰੀ ਧਮਕ ਬੇਸ ਨੇ ਆਪਣਾ ਬਿਆਨ ਦਿੱਤਾ ਹੈ। ਤੁਸੀਂ ਵੀ ਸੁਣੋ ਕੀ ਕਰਨੂ ਜਿਹੜਾ ਉਸਨੂੰ ਇਹ ਸਾਰਾ ਕੁਛ ਪੁਲਿਸ ਦੀ ਕੁੱਟਮਾਰ ਅਤੇ ਜਲੀਲਤ ਝੱਲਣੀ ਪਈ। ਹਾਂਜੀ, ਗੱਲਬਾਤ ਇਹ ਹੋਈ ਆ, ਮੈਂ ਦੁੱਧ ਲੈਣ ਜਾਣ ਡਿਆ ਹਾਂ, ਰਾਜ ਮੈਨੂੰ ਕੁੱਤਾ ਪਿਆ ਗਵਾਂਢੀਆਂ ਦਾ, ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ, ਕੁੱਤੇ ਨੂੰ ਵੱਢਣ ਪਿਆ ਹਾਂ, ਅਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ, ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ, ਮੇਰੇ ਤਲਵਾਰ ਕੇਸ ਕੂਸ ਖਿੱਚ ਕੇ ਇੱਦਾਂ ਮੈਨੂੰ ਵਾਹਵਾ ਤੂੰ ਹੈ ਤਾਂ ਹੈ, ਪੁਲਿਸ ਨੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ, ਮੇਰੀ ਬੇਅਦਬੀ ਹੋਈ ਕੇਸਾਂ ਦੀ, ਮਹਾਰਾਜ ਭਲਾ ਕਰੇ ਸਾਰਿਆਂ ਦਾ, ਅਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ, ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ, ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ, ਧੰਨਵਾਦ। ਹਾਂਜੀ, ਕੁੱਤੇ ਤੋਂ ਹੋਇਆ ਝਗੜਾ। ਹਾਂਜੀ, ਪੁਲਿਸ ਦੇ ਉਹਨਾਂ ਜਿਨ੍ਹਾਂ ਦਾ ਕੁੱਤਾ ਉਹਨਾਂ ਨੇ ਸੱਦੀ ਸੀ ਪੁਲਿਸ ਕੇ, ਪੁਲਿਸ ਦੇ ਏਦਾਂ ਲਾਗੋ ਬੰਨਿਓ ਫੋਨ ਕੀਤਾ ਗਵਾਂਢੀਆਂ ਨੇ ਕਿਸੇ ਨੇ। ਹਾਂਜੀ, ਹਾਂਜੀ, ਆਉਂਦਿਆਂ ਡਾਂਗਾ ਮਾਰਨ ਲੱਗ ਪਏ ਮੇਰੇ, ਤੇ ਮੇਰੇ ਫਿਰ ਵਾਲ ਵੋਲ ਖਿੱਚ ਕੇ ਇੱਦਾਂ ਵਾਹਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇੱਦਾਂ ਸਿੱਧਾ ਕਰਕੇ ਲੈ ਗਏ ਮੈਨੂੰ। ਹਾਂਜੀ, ਥਾਣੇ ਲੈ ਗਏ, ਮੁੜ ਕੇ ਛਡਾਇਆ ਇੱਦਾਂ, ਫਿਰ ਘਰਦਿਆਂ ਨੇ ਜਾ ਕੇ ਇੱਕ, ਹਾਂਜੀ ਉਹ ਵੀ ਗਏ ਨਾਲ, ਮੁੜ ਕੇ ਆਉਂਦੇ ਸਾਡਾ ਬੰਦਾ ਇਹਨੂੰ ਛਡਾ ਲੈ ਗਏ, ਆਪਣਾ ਘਰ ਦਾ ਬੰਦਾ ਵਾ।